ਮਾਸਟਰ ਕੇਡਰ ਨਿਊ ਚੈਨਲ ਤੇ ਆਪ ਸਭ ਦਾ ਵੈਲਕਮ ਕਰਦੇ ਹਾਂ ਮਾਸਟਰ ਕੇਡਰ ਜਿੰਜੋ ਭਾਰਤੀਆਂ ਪਿਛਲੇ ਸਾਲਾਂ ਵਿੱਚ ਆਈਆਂ ਸੀ ਜਿਵੇਂ 3704 2392 ਜੋ ਮਾਸਟਰ ਕੇਡਰ ਦੀਆਂ ਭਰਤੀਆਂ ਆਈਆਂ ਸੀ ਜਿਹੜੀਆਂ ਕਿ ਬਾਰਡਰ ਰੀਜਨ ਸੰਬੰਧਿਤ ਸਕੂਲਾਂ ਵਿੱਚ ਟੀਚਰ ਜੌਬ ਕਰ ਰਹੇ ਸੀ ਉਹਨਾਂ ਲਈ ਅੱਜ ਸਿੱਖਿਆ ਮੰਤਰੀ ਆਪਣੇ ਫੇਸਬੁੱਕ ਅਕਾਊਂਟ ਉੱਤੇ ਇੱਕ ਮੈਸੇਜ ਪਾ ਕੇ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ ਜਿਹੜਾ ਕਿ ਮੈਂ ਅੱਜ ਸਕਰੀਨ ਤੇ ਦੇ ਸਕਦੇ ਹਾਂ ਜਿਸ ਵਿੱਚ ਲੈ ਕੇ ਆਏ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਘਰਾਂ ਤੋਂ ਦੂਰ ਬੈਠੇ 3704 ਤੇ 2392 ਮਾਸਟਰ ਕਾਰਡ ਭਰਤੀ ਅਤੇ ਅਧੀਨ ਹੋਏ ਅਧਿਆਪਕ ਅਤੇ 873 ਡੀਪੀਈ ਭਰਤੀ ਅਧੀਨ ਹੋਏ ਅਤੇ 53 ਡੀਪੀਈ ਨਾਲ ਕੀਤੇ ਬਾਅਦ ਪੂਰੇ ਕਰਦੇ ਹੋਏ 파ਰਖਕ ਕਾਲ ਪੂਰਾ ਹੋਣ ਜਾਂ ਸਕੂਲਾਂ ਵਿੱਚ 2 ਸਾਲ ਦਾ ਠਰਾਓ ਦੀ ਸ਼ਰਤ ਤੇ ਇੱਕ ਇੱਕ ਸਾਲ ਇੱਕ ਵਾਰ ਵਿਸ਼ੇਸ਼ ੂਟ ਦੰਦੇ ਹੋਏ ਬਾਡਰ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਸਕੂਲਾਂ ਅਤੇ ਪੰਜਾਬ ਰਾਜ ਦੇ ਜਿੰਨਾ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 300 ਤੋਂ ਉੱਪਰ ਹੈ ਪਰੰਤੂ ਅਧਿਆਪਕ ਘੱਟ ਹਨ ਵਿਕੇ ਬਦਲੀ ਕਰਾਉਣ ਬਾਅਦ ਤੇ ਆਨਲਾਈਨ ਪੋਰਟਲ ਮਿਤੀ 4 6 2023 ਨੂੰ ਖੋਲ੍ਹ ਖੋਲ੍ਹ ਦਿੱਤਾ ਜਾਵੇਗਾ ਇਸ ਨਾਲ ਸੰਬੰਧ ਜਿਹੜੇ ਵੀ ਕੈਂਡੀਡੇਟ 3704 ਜਾਂ 2392 ਜੀ ਕੈਂਡੀ ਸਿਲੈਕਟ ਹੋਏ ਨੇ ਉਹ ਜਿਹੜੇ ਸ਼ਰਤਾਂ ਆਪਣੀ ਪੂਰੀਆਂ ਕਰਦੇ ਹਨ 2 ਸਾਲ ਦਾ ਜਿਹੜਾ 2 ਸਾਲ ਦਾ ਜਿਹੜਾ ਉੱਥੇ ਸਟੈਰਾਓ ਦਾ ਪੀੜ ਹੁੰਦਾ ਤੇ ਬਾਕੀ ਜਿਹੜੀਆਂ ਪੂਰੀ 31 5 ਦਹਾ ਤੇ 23 ਤੱਕ ਬਾਕੀ ਰਹਿਣੇ ਸ਼ਰਤਾਂ ਪੂਰੀਆਂ ਕਰਦੇ ਹਨ ਉਹਨਾਂ ਬਦਲੀ ਕਰਵਾਉਣ ਲਈ ਕੱਲ ਕੱਲ ਉਹਨਾਂ ਦਾ ਪੋਰਟਲ ਖੋਲ ਦਿੱਤਾ ਜਾਵੇਗਾ ਤੇ ਹੋਰ ਅਪਡੇਟ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਛੋਟੇ ਤੱਕ ਮਾਸਟਰ ਕਾਟਨਾ ਸੰਬੰਧਿਤ ਈਟੀ ਨਾਲ ਸੰਬੰਧਿਤ ਜੋ ਵੀ ਨਵੀਂ ਅਪਡੇਟ ਆਉਂਦੀ ਆ ਛੋਟੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਇਸਪਰ